ਗੁੱਡ ਮਾਰਨਿੰਗ ਸਟੂਡੈਂਟਸ ਇਨ ਥਿਸ ਲੈਕਚਰ ਵੀ ਡਿਸਕਸ ਫੋਰਨ ਟ੍ਰੇਡ ਆਫ ਇੰਡੀਆ ਆਫਟਰ ਇੰਡੀਪੈਂਡੈਂਸ ਇਨ ਦੀ ਪੋਸਟ ਇੰਡੀਪੈਂਡੈਂਸ ਪੀਰੀਅਡ اسپੈਸ਼ਲੀ 1951 ਤੋਂ ਬਾਅਦ ਜਦੋਂ ਇੰਡੀਆ ਦੇ ਵਿੱਚ 5 ਇਅਰ ਪਲਾਨਸ ਨੂੰ ਲੌਂਚ ਕੀਤਾ ਗਿਆ ਦੈਨ ਫੋਰ ਇੰਡੀਆ ਦੇ ਵਿੱਚ ਜਿਹੜੇ ਫੋਰਨ ਟ੍ਰੇਡ ਦੇ ਵਿੱਚ ਬਹੁਤ ਜ਼ਿਆਦਾ ਟਰਾਂਸਫਰਮੇਸ਼ਨ ਆਈ ਥਿਸ ਚੇਂਜ ਵਿਲ ਬੀ ਸਟੱਡੀਡ ਇਨ 4 ਪਾਰਟਸ ਫਰਸਟ ਇਜ਼ ਵੋਲਿਊਮ ਆਫ ਫੋਰਨ ਟ੍ਰੇਡ ਸੈਕੰਡ ਇਜ਼ ਕੰਪੋਜੀਸ਼ਨ ਆਫ ਫੋਰਨ ਟ੍ਰੇਡ third point is direction of foreign trade and balance of trade first we discuss volume of india's foreign trade Uh, during this period volume of indians foreign trade increase substantially after independence to baad india da jehda foreign trade oh substantially increase karda gaya 1947 and 48 te vich jehda value of foreign trade si india de vich oh just rupees 792 crore si 1951 te vich e rise karke kinna ho gaya 9 वन थाउजेंड टू फिफ्टी करोड़ हो गया आफ्टर नाइनटीन फिफ्टी वन ड्यू टू सिग्निफिकेंट इंडस्ट्रीअल प्रोग्रेस हो गई उस कारण जो फॉरन ट्रेड से उसके भी, भी बहुत ज़्यादा कंप्लीटली ट्रांसफॉर्मेशन आ गई ਪਹਿਲਾਂ 1951 ਤੋਂ ਪਹਿਲਾਂ ਜਦ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਜਿਹੜਾ ਫੋਰਨ ਟ੍ਰੇਡ ਕਰਦਾ ਸੀ ਸਿਰਫ ਕੁਝ ਹੀ ਫਿਊ ਕੰਟਰੀਜ਼ ਦੇ ਨਾਲ ਕਰਦਾ ਸੀ ਤੇ ਸਿਰਫ ਕੁਝ ਹੀ ਗੁੱਡਸ ਐਕਸਪੋਰਟ ਤੇ ਇੰਪੋਰਟ ਕਰਦਾ ਸੀ ਬਟ ਆਫਟਰ ਇੰਡੀਪੈਂਡੈਂਸ ਇੰਡੀਆ ਦਾ ਜਿਹੜਾ ਫੋਰਨ ਟ੍ਰੇਡ ਸੀ অলਮੋਸਟ ਆਲ ਕੰਟਰੀਜ਼ ਹੋ ਗਿਆ ਵਰਦੀ ਜਿਹੜੀ অলਮੋਸਟ ਹਰ ਇੱਕ ਕੰਟਰੀ ਦੇ ਨਾਲ ਸ ਫੋਰਨ ਟ੍ਰੇਡ ਹੋ ਗਿਆ ਐਂਡ ਉਹ 1000ਸ ਆਫ ਗੁੱਡਸ ਐਕਸਪੋਰਟ ਵੀ ਕਰਦਾ ਹੈ ਐਂਡ ਇੰਪੋਰਟ ਵੀ ਕਰਦਾ ਹੈ ਇਨ ਦੀ ਪੋਸਟ ਇੰਡੀਪੈਂਡੈਂਸ ਪੀਰੀਅਡ and during five year plan volume of indian's foreign trade has witnessed significant growth as shown in table 1 the table shows that ki during five year period se duran jada total value of exports a o continuously increase karda ja reha but despite to various export promotion schemes nu no adopt kita gaya fir bhi jada india de exports a o still less लेसना ਇمپੋਰਟਸ ਨਾਲੋਂ दैट मींस ਕਿ ਇੰਡੀਆ ਹਜੇ ਵੀ ਇمپੋਰਟਸ ਗੁੱਡਸ ਜ਼ਿਆਦਾ ਕਰਦਾ ਹੈ ਬਟ ਕੰਪੈਰੀਟਿਵਲੀ ਉਸ ਦਾ ਐਕਸਪੋਰਟ ਬਹੁਤ ਘੱਟਾ ਹਜੇ ਵੀ ਸੈਕਿੰਡ ਪੁਆਇੰਟ ਇਜ਼ ਕੰਪੋਜੀਸ਼ਨ ਆਫ ਫੋਰਨ ਟ੍ਰੇਡ ਆਫ ਇੰਡੀਆ ਆਫਟਰ ਇੰਡੀਪੈਂਡੈਂਸ ਐਂਡ ਡਿਊਰਿੰਗ 5 ਇਅਰ ਪਲੈਨਸ ਇੰਡੀਆ ਦੇ ਜਿਹੜੇ ਫੋਰਨ ਟ੍ਰੇਡ ਜੋ ਕੰਪੋਜੀਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਸਿਗਨੀਫੀਕੈਂਟਲੀ ਚੇਂਜ ਆਇਆ अर्ਲियर ਪਹਿਲਾਂ ਸਿਰਫ ਇੰਡੀਆ ਜਿਹੜਾ ਟ੍ਰੈਡੀਸ਼ਨਲ ਗੁੱਡਸ ਲਾਈਕ ਟੀ ਜੂਟ ਸਕਿਨਸ ਇਕਸੈਟਰਾ ਇਹਨਾਂ ਸਾਰੀਆਂ ਚੀਜ਼ਾਂ ਦਾ ਐਕਸਪੋਰਟ ਕਰਦਾ ਸੀ ਬਟ ਨਾਓ ਇੰਡੀਆ ਇਜ਼ ਆਲਸੋ ਐਕਸਪੋਰਟਿੰਗ ਮਾਡਰਨ ਗੁੱਡਸ ਲਾਈਕ ਸੌਫਟਵੇਅਰ ਰੈਡੀਮੇਡ ਗਾਰਮੈਂਟਸ ਇਕਸੈਟਰਾ ਇਹਨਾਂ ਸਾਰੀਆਂ ਚੀਜ਼ਾਂ ਦਾ ਵੀ ਐਕਸਪੋਰਟ ਕਰਨ ਲੱਗ ਗਿਆ ਹਾਂ ਐਂਡ ਇਸ ਤੋਂ ਇਲਾਵਾ ਪਹਿਲਾਂ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜਾ इंडियन गवर्नमेंट ਸੀ ਜਾਂ ਇੰਡੀਆ ਸੀ ਉਸ ਟਾਈਮ ਸਿਰਫ ਜਿਹੜਾ ਇੰਪੋਰਟ ਆਫ ਫਿਨਿਸ਼ਡ ਗੁੱਡਸ ਦਾ ਇੰਪੋਰਟ ਕਰਦਾ ਸੀ ਬਟ ਹੁਣ ਉਹ ਵੇਰੀਅਸ ਅਲੱਗ-ਅਲੱਗ ਤਰ੍ਹਾਂ ਦੀਆਂ ਕੈਪੀਟਲ ਗੁੱਡਸ অর ਰੌ ਮਟੀਰੀਅਲ ਨੂੰ ਵੀ ਇੰਪੋਰਟ ਕਰਦਾ ਹੈ ਦੂਸਰੀ ਕੰਟਰੀਜ਼ ਤੋਂ ਨਾਉ ਚੇਂਜ ਇਨ ਕੰਪੋਜੀਸ਼ਨ ਆਫ ਐਕਸਪੋਰਟ ਟ੍ਰੈਂਡਸ ਇਨ ਇੰਡੀਆਜ਼ ਐਕਸਪੋਰਟ 9047 ਤੋਂ ਬਾਅਦ ਇੰਡੀਆ ਦੇ ਜਿਹੜੇ ਐਕਸਪੋਰਟ ਟ੍ਰੇਡ ਦੇ ਵਿੱਚ ਬਹੁਤ ਹੀ ਸਿਗਨੀਫੀਕੈਂਟਲੀ ਚੇਂਜ ਆਇਆ ਇੰਡੀਪੈਂਡੈਂਸ ਤੋਂ ਪਹਿਲਾਂ ਇੰਡੀਆ ਜ਼ਿਆਦਾਤਰ ਮੋਸਟਲੀ ਟੀ ਜੂਟ ਟੈਕਸਟਾਈਲ ਹਾਈਡ ਸਕਿਨਸ ਆਇਰਨ ਆਰਸ ਕੈਸ਼ੂਸ ਸਪਾਈਸਸ ਇਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਐਕਸਪੋਰਟ ਕਰਦਾ ਸੀ ਬਟ ਨਾਓ ਹੁਣ ਇੰਡੀਆ ਵੈਰਾਈਟੀ ਆਫ ਫਿਨਿਸ਼ਡ ਪ੍ਰੋਡਕਟਸ ਲਾਈਕ ਕੈਪੀਟਲ ਗੁੱਡਸ ਇੰਜੀਨੀਅਰਿੰਗ ਗੁੱਡਸ ਕੈਮੀਕਲ ਕੈਮੀਕਲ ਪ੍ਰੋਡਕਟਸ ਰੈਡੀਮੈਂਟ ਗਾਰਡਸ ਗਾਰਮੈਂਟਸ ਡਾਇਮੰਡਸ ਪ੍ਰੋਸੀਡਸ ਫੂਡਸ ਹੈਂਡੀਕ੍ਰਾਫਟਸ ਐਕਸੈਟਰਾ ਦਾ ਐਕਸਪੋਰਟ ਕਰਨ ਲੱਗ ਗਿਆ ਆ ਇਨ 1950 ਐਂਡ 51 ਦੇ ਵਿੱਚ ਟੋਟਲ ਐਕਸਪੋਰਟ ਦੇ ਵਿੱਚੋਂ ਇੰਡੀਆ ਟੀ ਜੂਟ ਐਗਰੀਕਲਚਰ ਪ੍ਰੋਡਕਟ ਦਾ ਟੋਟਲ ਮਤਲਬ ਕਿ 55% ਆਫ ਟੋਟਲ ਐਕਸਪੋਰਟ ਇਨਾ ਚੀਜ਼ਾਂ ਦਾ ਐਕਸਪੋਰਟ ਕਰਦਾ ਸੀਗਾ ਬਟ 2017 ਤੇ 18 ਦੇ ਵਿੱਚ ਇਹਨਾਂ ਦਾ ਸ਼ੇਅਰ ਘਟ ਕੇ 12.2% ਹੋ ਗਿਆ ਔਨ ਦਾ ਅਦਰ ਹੈਂਡ ਇੰਜੀਨੀਅਰਿੰਗ ਗੁੱਡਸ 1951 ਦੇ ਵਿੱਚੋਂ ਸਿਰਫ 0.06% ਉਹਨਾਂ ਚੀਜ਼ਾਂ ਦਾ ਐਕਸਪੋਰਟ ਕਰਦਾ ਸੀ ਬਟ 2017 ਤੇ 18 ਦੇ ਵਿੱਚ ਇਨਕਰੀਜ਼ ਕਰਕੇ 25.9% ਹੋ ਗਿਆ Change in the composition of export are shown in table 2. The above table reveals the following important changes in the composition of export. First is decline in percentage share of agriculture product in total export. First point is decline in percentage share of agriculture product in total export. Independence so, in India's agriculture products so, in future, export, but after independence. ਅ ਜਿਹੜਾ ਐਗਰੀਕਲਚਰ ਪ੍ਰੋਡਕਟ ਦਾ ਟੋਟਲ ਐਕਸਪੋਰਟ ਵਿੱਚ ਜਿਹੜਾ ਸ਼ੇਅਰ ਸੀ ਉਹ ਕੰਟੀਨਿਊਸਲੀ ਡਿਕਲਾਈਨ ਹੋ ਰਿਹਾ ਹੈ ਫੋਰ एग्जांपल 1991 ਦੇ ਵਿੱਚ ਜਿਹੜਾ ਐਗਰੀਕਲਚਰ ਪ੍ਰੋਡਕਟ ਸੀ ਅ ਫੋਰ ਟੋਟਲ ਐਕਸਪੋਰਟ ਅਰਨਿੰਗ ਦੇ ਵਿੱਚ ਉਹ ਸੀਗਾ 19.41% ਜੋ 2017 ਤੇ 18 ਦੇ ਵਿੱਚ ਡਿਕਲਾਈਨ ਕਰਕੇ ਹੋ ਗਿਆ 12. 2% ਇਸ ਦਾ ਮੇਨ ਰੀਜ਼ਨ ਕੀ ਸੀਗਾ ਕਿ ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਸ ਕਰ ਜਾ ਇਨਕਰੀਸ ਕਰਦੀ ਜਾ ਰਹੀ ਸੀ ਜਿਸ ਕਾਰਨ ਜਿਹੜੀ ਆ ਐਗਰੀਕਲਚਰ ਪ੍ਰੋਡਕਟਿਵ ਡੋਮੈਸਟਿਕ ਡਿਮਾਂਡ ਵੀ ਇਨਕਰੀਸ ਕਰ ਰਹੀ ਸੀ ਜਿਸ ਕਾਰਨ ਜਿਹੜੀ ਅਵੇਲੇਬਿਲਟੀ ਆਫ ਐਗਰੀਕਲਚਰ ਪ੍ਰੋਡਕਟਸ ਸੀ ਫੋਰ ਐਕਸਪੋਰਟ ਦੇ ਲਈ ਓਕੇ ਡੈਕਲਾਈਨ ਹੁੰਦੀ ਜਾ ਰਹੀ ਸੀ ਨੈਕਸਟ ਪੁਆਇੰਟ ਇਜ਼ ਡੈਕਲਾਈਨ ਇਨ ਪਰਸੈਂਟੇਜ ਸ਼ੇਅਰ ਆਫ ਕਨਵੈਨਸ਼ਨਲ ਆਈਟਮ ਇਨ ਟੋਟਲ ਐਕਸਪੋਰਟਸ इंडिपेंडेंस ਦੇ ਟਾਈਮ ਜਿਹੜੀਆਂ ਇੰਡੀਆ ਉਸ ਟਾਈਮ ਜਿਹੜਾ ਇੰਪੋਰਟੈਂਟ ਕਮੋਡिटीज ਦੀ ਕਮੋਡਿਟੀ ਸੀ ਜਿਹੜੀ ਐਕਸਪੋਰਟ ਕਰਦੇ ਸੀ ਲਾਈਕ ਝੂਟ ਟੀ ਫੂਡ ਗ੍ਰੇਨਸ ਐਂਡ ਮਿਨਰਲਸ ਉਹਨਾਂ ਦਾ ਸਾਰਿਆਂ ਦਾ ਇਕੱਠਾ ਮਿਲਾ ਕੇ ਜਿਹੜਾ ਐਕਸਪੋਰਟ ਅਰਨਿੰਗ ਦੇ ਵਿੱਚ ਜਿਹੜਾ ਕੰਟ੍ਰਿਬਿਊਟ ਸੀ ਉਹ 41% ਸੀ ਉਸ ਟਾਈਮ ਬਟ ਇਨ 2017 ਤੇ 18 ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ ਕੰਬਾਈਨਡ ਸ਼ੇਅਰ ਸੀਗਾ 13.9% ਜੋ ਕਿ ਫਾਲ ਹੋ ਗਿਆ ਇਸਦੀ ਫਾਲ ਹੋਂ ਦਾ ਮੇਨ ਰੀਜ਼ਨ ਏ ਸੀ ਕਿ ਇੰਡੀਆ ਦੇ ਵਿੱਚ ਪੋਪੂਲੇਸ਼ਨ ਦੀ ਇਨਕਰੀਸ ਹੋਣ ਦੇ ਕਾਰਨ ਤੇ ਇੰਡਸਟਰੀਅਲਾਈਜੇਸ਼ਨ ਹੋਣ ਦੇ ਕਾਰਨ ਕੰਟਰੀ ਦੇ ਡੋਮੈਸਟਿਕ ਡਿਮਾਂਡ ਆਫ ਫੂਡ ਗ੍ਰੇਨਸ ਤੇ ਰੋ ਮਟੀਰੀਅਲ ਬਹੁਤ ਜ਼ਿਆਦਾ ਵਧ ਗਈ ਸੀ ਨੈਕਸਟ ਪੁਆਇੰਟ ਇਜ਼ ਇਨਕਰੀਸਿੰਗ ਪਰਸੈਂਟੇਜ ਸ਼ੇਅਰ ਆਫ ਮੈਨੂਫੈਕਚਰਡ ਗੁੱਡਸ ਐਂਡ ਮੈਨੂਫੈਕਚਰਡ ਗੁੱਡਸ ਇਨ ਟੋਟਲ ਐਕਸਪੋਰਟ इंडिपेंडेंस ਤੋਂ ਬਾਅਦ ਜਿਹੜਾ ਮੈਨੂਫੈਕਚਰਡ ਗੁੱਡਸ ਹੈਗਾ ਉਹਨਾਂ ਦਾ ਟੋਟਲ ਐਕਸਪੋਰਟ ਅਰਨਿੰਗ ਦੇ ਵਿੱਚ ਕੰਟੀਨਿਊਸਲੀ ਪਰਸੈਂਟੇਜ ਸ਼ੇਅਰ ਇਨਕਰੀਸ ਕੀਤਾ ਜਾ ਰਿਹਾ ਹੈ 1970 ਐਂਡ 71 ਦੇ ਵਿੱਚ ਮੈਨੂਫੈਕਚਰਡ ਗੁੱਡਸ ਦਾ ਐਕਸਪੋਰਟ ਅਰਨਿੰਗ ਦੇ ਵਿੱਚ ਜਿਹੜਾ ਪਾਰਟਿਸਿਪੇਟ ਸੀ ਉਹ ਸੀਗਾ ਪਰਸੈਂਟੇਜ ਸ਼ੇਅਰ ਸੀ ਜਿਹੜਾ 56% ਐਂਡ 2017 ਤੇ 18 ਦੇ ਵਿੱਚ ਇਹ ਇਨਕਰੀਸ ਕਰਕੇ 72.3% ਹੋ ਗਿਆ 4.3 Increasing importance of exports of gems and readymade garments, exports of gems and jewelry, engineering goods, and readymade garments has emerged as an important foreign exchange earning in recent years. Independence to Pella, India's uh, agriculture product and uh, ਸੀ ਯੂਟ ਐਕਸੈਪਟ ਇਹਨਾਂ ਸਾਰੇ ਤੀਜਾ ਦਾ ਐਕਸਪੋਰਟ ਕਰਦਾ ਸੀ ਬਟ ਆਫਰ ਇੰਡੀਪੈਂਡੈਂਸ ਇੰਡੀਆ ਨੇ ਜੈਮਸ ਜੁਐਲਰੀ ਇੰਜੀਨੀਅਰਿੰਗ ਗੁੱਡਸ ਐਂਡ ਰੈਡੀਮੇਡ ਗਾਰਮੈਂਟਸ ਇਹਨਾਂ ਦਾ ਵੀ ਐਕਸਪੋਰਟ ਕਰਨਾ ਇਨਕਰੀਸ ਕਰ ਦਿੱਤਾ ਹੌਲੀ ਹੌਲੀ ਇਹਨਾਂ ਦਾ ਐਕਸਪੋਰਟ ਇੰਨਾ ਜ਼ਿਆਦਾ ਵੱਧ ਗਿਆ ਕਿ ਇਹਨਾਂ ਤੋਂ ਜਿਹੜੀ ਫੋਰਨ ਐਕਸਚੇਂਜ ਅਰਨਿੰਗ ਹੁੰਦੀ ਹੈ ਰੀਸੈਂਟ ইয়ার ਦੇ ਵਿੱਚ ਉਹ ਬਹੁਤ ਜ਼ਿਆਦਾ ਹੁੰਦੀ ਹੈ ਇੰਡੀਆ ਨੂੰ ਦਾ ਐਕਸਪੋਰਟ ਆਫ ਜੈਮਸ ਐਂਡ ਜੁਐਲਰੀ ਇੰਜੋਏ ਦਾ ਸੈਕੰਡ ਪਲੇਸ ਇਨ ਦਾ ਟੋਟਲ ਮਰਚੈਂਡਾਈਜ਼ ਐਕਸਪੋਰਟ ਅਰਨਿੰਗਸ फिफ्थ पॉइंट इज़ चेंज इन कंपोजिशन ऑफ एग्रीकल्चर एक्सपोर्ट्स इंडिपेंडेंस तो बाद एग्रीकल्चर प्रोडक्ट एक्सपोर्ट्स के कम्पोजिशन भी बहुत ज़्यादा चेंज आया इन नाइनटीन नाइनटी वन एक्सपोर्ट ऑफ कॉफी तंबाकू एंड फिश की वैल्यू सी उस टाइम कॉफ़ी सी रूपीज टू फिफ्टी टू करोड़ तंबाकू द टू सिक्सटी थ्री करोड़ एंड फिश की सी उस टाइम नाइन सिक्सटी ਕਰੋੜ ਰਿਸਪੈਕਟਿਵਲੀ ਬਟ ਇਨ 2017 ਐਂਡ 18 ਇਹਨਾਂ ਦੀ ਵੈਲਿਊ ਆਫ ਐਕਸਪੋਰਟ ਇਨਕਰੀਸ ਕਰਕੇ ਨਾ ਸਾਰੀ ਆਈਟਮਸ ਹੀ ਇਨਕਰੀਸ ਕਰ ਗਈ ਰੁਪੀਸ 6250 ਕਰੋੜ ਕਾਫੀ ਦੀ ਐਂਡ ਤਬਾਕੂ ਦੀ ਰੁਪੀਸ 6020 ਕਰੋੜ ਐਂਡ ਫਿਸ਼ ਦੀ 47640 ਕਰੋੜ ਰਿਸਪੈਕਟਿਵਲੀ ਐਂਡ ਦਾ ਸ਼ੇਅਰ ਆਫ ਫਿਸ਼ ਐਂਡ ਫ੍ਰੀ ਫਿਸ਼ ਪ੍ਰੈਪਰੇਸ਼ਨਸ ਇਨ ਐਕਸਪੋਰਟ ਅਰਨਿੰਗ ਹੈਜ਼ ਇਨਕਰੀਸ ਕਨਸੀਡਰੇਬਲੀ ਇਨ 1991 ਰਾਈਸ ਦਾ ਜਿਹੜਾ ਐਕਸਪੋਰਟ ਸੀ ਉਹ ਜਸਟ ਰੁਪੀਏ 462 ਕਰੋੜ ਰਪਏ ਦਾ ਸੀ ਬਟ ਇਨ 2017 2017 ਐਂਡ 18 ਦੇ ਵਿੱਚ ਜਿਹੜਾ ਰਾਈਸ ਦਾ ਐਕਸਪੋਰਟ ਵਧ ਕੇ ਕਿੰਨਾ ਹੋ ਗਿਆ ਰੁਪੀਏ 49 ਕਰੋੜ ਸੌਰੀ 49000 840 ਕਰੋੜ 840 ਕਰੋੜ इट इज़ मेनली द रिजल्ट ऑफ ब्लू रेवोल्यूशन जिसनों की जो फिश प्रोडक्शन बहुत ज्यादा इनक्रीज के की उसमें ब्लू रेवोल्यूशन किया है एंड ग्रीन रेवोल्यूशन जो एग्रीकल्चर प्रोडक्शन बहुत ज़्यादा इनक्रीज एंड द एक्सपोर्ट ऑफ जूट हैज़ नॉट शोन एनी वर्थ वाइल इनक्रीज सिक्स पॉइंट इज एक्सपोर्ट ऑफ पैट्रोलीयम प्रोडक्ट्स ਡਿਊ ਟੂ ਐਨਹਾਂਸਡ ਰਿਫਾਈਨਿੰਗ ਕਪੈਸਿਟੀ ਰਿਫਾਈਨਿੰਗ ਕਪੈਸਿਟੀ ਇੰਡੀਆ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਤੋਂ ਵੀ ਐਕਸਪੋਰਟ ਕਰਦਾ ਆ ਇਨ 1991 ਪੈਟਰੋਲੀਅਮ ਪ੍ਰੋਡਕਟਸ ਤੋਂ ਜਿਹੜੀ ਅਰਨਿੰਗ ਹੋਈ ਸੀ ਐਕਸਪੋਰਟ ਕਰਕੇ ਉਹ ਰੁਪੀਸ 948 ਕਰੋੜ ਸੀ ਇਨ 2017 ਤੇ 18 ਦੇ ਵਿੱਚ ਇਹ ਇਨਕਰੀਜ਼ ਕਰਕੇ 241000 ਤੇ 380 ਕਰੋੜ ਹੋ ਗਈ And it is an evidence of the fact that petroleum industry has been developing. Seventh point is increase in export of engineering goods, handicrafts, and leather products. アフター ইন্ডिपेंडेंस ਤੋਂ ਇੰਡੀਆ ਦੇ ਵਿੱਚ ਇੰਡਸਟਰੀਅਲਾਈਜੇਸ਼ਨ ਸਟਾਰਟ ਹੋਇਆ ਡੂਰਿੰਗ ਪਲੈਨਿੰਗ ਪੀਰੀਅਡ ਤੇ ਇੰਜੀਨੀਅਰਿੰਗ ਗੁੱਡਸ ਦਾ ਐਕਸਪੋਰਟ ਵੀ ਹੌਲੀ ਹੌਲੀ ਸਬਸਟੈਂਸ਼ੀਅਲੀ ਇਨਕਰੀਸ ਕਰਨ ਲੱਗਾ ਸਿਮਿਲਰਲੀ ਦਾ ਵੈਲਿਊ ਆਫ ਐਕਸਪੋਰਟ ਆਫ ਹੈਂਡੀਕਰਾਫਟਸ ਐਂਡ ਲੈਦਰ ਪ੍ਰੋਡਕਟਸ ਆਲਸੋ ਇਨਕਰੀਸ in 1991 the value of export of engineering goods handicraft and leather products rupees 948 crore see si and 6160 crore and 2600 crore see si, respectively 2017 to 18 te na, the value of export increase kar gayi jinno item si and uh, ਇੰਜੀਨੀਅਰ ਇੰਜੀਨੀਅਰਿੰਗ ਗੁੱਡਸ ਦੀ ਵੈਲਿਊ ਇਨਕਰੀਸ ਕਰਕੇ ਹੋ ਗਈ 5 ਲੱਖ 7390 ਕਰੋੜ ਹੈਂਡੀਕ੍ਰਾਫਟ ਦੀ 20960 ਕਰੋੜ ਐਂਡ ਲੈਦਰ ਪ੍ਰੋਡਕਟਸ ਦੀ ਇਨਕਰੀਸ ਕਰਕੇ ਹੋ ਗਈ 34080 ਕਰੋੜ ਰਿਸਪੈਕਟਿਵਲੀ 8 ਪੁਆਇੰਟ ਇਜ਼ ਇਨਕਰੀਸ ਇਨ ਐਕਸਪੋਰਟਸ ਆਫ ਸਰਵਿਸਿਸ ਇੰਡੀਆ ਐਕਸਪੋਰਟਸ ਆਫ ਐਕਸਪੋਰਟਿੰਗ ਸੌਫਟਵੇਅਰ ਸੌਫਟਵੇਅਰ ਨੂੰ ਐਕਸਪੋਰਟ ਕਰਦਾ ਸੀ ਕੰਸਲਟੈਂਸੀ ਸਰਵਿਸਿਸ ਐਂਡ ਅਦਰ ਇਨਫੋਰਮੇਸ਼ਨ ਟੈਕਨੋਲੋਜੀ ਰਿਲੇਟਡ ਸਰਵਿਸਿਜ਼ ਨੂੰ ਵੀ ਐਕਸਪੋਰਟ ਕਰਦਾ ਸੀ 2017 ਤੇ 18 ਦੇ ਵਿੱਚ ਟੋਟਲ ਐਕਸਪੋਰਟ ਦੇ ਵਿੱਚ ਇਹਨਾਂ ਸਰਵਿਸਿਜ਼ ਦਾ ਜਿਹੜਾ ਸ਼ੇਅਰ ਸੀ ਉਹ 39.2% ਸੀ ਨੈਕਸਟ ਵੀ ਡਿਸਕਸ ਚੇਂਜਸ ਇਨ ਕੰਪੋਜੀਸ਼ਨ ਆਫ ਇੰਪੋਰਟਸ ਟ੍ਰੈਂਡਸ ਇਨ ਇੰਡੀਆਜ਼ ਇੰਪੋਰਟਸ इंडिपेंडेंस तो बाद इंडियादी इंपोर्ट्स कॉम्पोजिशन भी बहुत ज़्यादा चेंज आया बाय नाइनटीन सैवनटी फाइव इंपोर्ट्स ऑफ फूड ग्रेनस कॉटन जूट एक्सैट्रा इनक्रीज मच पेट्रोलीयम कैमिकल फर्टिलाइज़र, स्टील आयरन मैटल है इंडस्ट्रियल रॉ मटीरियल्स मशीनरी कैपीटल गुड्स एक्सैट्रा इन्हें भी इम्पोर्ट्स के बहुत ज़्यादा इनक्रीज़ होया इंडिपेंडेंस change in the composition of india's import are shown in table 3 the above table show that uh, show that in 1950 and 51 de vich jehda food grain si oh major import item si but 2017 te 18 te vich is the percentage share total import vich ghat ho gaya on the other hand import of petroleum that's to that, stood that રૂપીસ 870 87 કરોડ ఇన్ ٹوٹల్ ఇంపోర్ట్స్ ఇన్ 9050 అండ్ 51 జోకి 2017 ట 18 ట విచ్ ఇంక్రీస్ కర్కే హో గయా 7 లక్ష 320 కరోడ్ రూపీస్ ఫస్ట్ పాయింట్ ఇస్ టెక్ లైన్ ఇన్ ద ఇంపోర్ట్ ఆఫ్ అగ్రికల్చర్ ప్రొడక్ట్స్ इंडिपेंडेंस तो बाद जे एग्रीकल्चर प्रोडक्ट्स का इंपोर्ट किया जाता है उसके बहुत ज़्यादा डिकलाइन आ गया लाइक रॉ कॉटन रोजूट कैश नट्स एक्सैट्रा नाइनटीन नाइनटी वन के टोटल एक्सपोर्ट वि जरा शेयर से वह फिफ्टीन पॉइंट फोर परसेंट से टू थाउजेंड सैवनटीन एटीन के डिकलाइन करके हो गया फाइव पॉइंट टू परसेंट सैकेंड पॉइंट इज़ पेट्रोलीम प्रोडक्ट्स एनजॉय फस्ट प्लेस इन इम्पोर्ट्स इंडिपेंडेंस तो बाद जो ਪੈਟਰੋਲੀਅਮ ਪ੍ਰੋਡਕਟ ਸੀ ਉਹਨਾਂ ਦੇ ਇੰਪੋਰਟਸ ਵਿੱਚ ਵੀ ਕੰਟੀਨਿਊਸਲੀ ਬਹੁਤ ਜ਼ਿਆਦਾ ਇਨਕਰੀਜ਼ ਹੋਇਆ ਥਰਡ ਪੁਆਇੰਟ ਇਜ਼ ਇਨਕਰੀਜ਼ ਇਨ ਦੀ ਇੰਪੋਰਟ ਆਫ ਕੈਪੀਟਲ ਗੁੱਡਸ ਇੰਡੀਪੈਂਡੈਂਸ ਤੋਂ ਬਾਅਦ ਜੋ ਇੰਡਸਟਰੀਲਾਈਜੇਸ਼ਨ ਸਟਾਰਟ ਹੋਇਆ ਡਿਊਰਿੰਗ ਦਾ ਪਲੈਨਿੰਗ ਪੀਰੀਅਡ ਉਸ ਦੇ ਨਾਲ ਮਸ਼ੀਨਸ ਇਲੈਕਟ੍ਰੀਕਲ ਇਕੁਇਪਮੈਂਟਸ ਹੋ ਗਏ ਮੈਟਲਸ ਟਰਾਂਸਪੋਰਟ ਇਕੁਇਪਮੈਂਟਸ ਇਹਨਾਂ ਦੇ ਇੰਪੋਰਟਸ ਵਿੱਚ ਵੀ ਕੰਟੀਨਿਊਸਲੀ ਇਨਕਰੀਮੈਂਟ ਹੋਈ ਨੈਕਸਟ ਇਜ਼ ਇਨਕਰੀਜ਼ ਇਨ ਇੰਪੋਰਟ ਆਫ ਰੋ ਮਟੀਰੀਅਲ ਐਂਡ ਇੰਟਰਮੀਡੀਏਟ ਗੁੱਡਸ इंडिपेंडेंस ਤੋਂ ਬਾਅਦ ਜਿਹੜਾ ਇੰਪੋਰਟਸ ਆਫ ਰॉ ਮਟੀਰੀਅਲ ਐਂਡ ਇੰਟਰਮੀਡੀਏਟ ਗੁੱਡਸ ਆ ਉਹਨਾਂ ਦੇ ਉੱਪਰ ਜਿਹੜਾ ਵੀ ਐਕਸਪੈਂਡੀਚਰ ਕੀਤਾ ਜਾਂਦਾ ਸੀ ਉਸ ਦੇ ਵਿੱਚ ਵੀ ਕੰਟੀਨਿਊਸਲੀ ਇਨਕਰੀਜ਼ ਹੋਇਆ ਆਫਟਰ ਇੰਡੀਪੈਂਡੈਂਸ ਕੈਮੀਕਲ ਫਰਟੀਲਾਈਜ਼ਰ ਦੇ ਇੰਪੋਰਟ ਵਿਥ ਵੀ ਬਹੁਤ ਜ਼ਿਆਦਾ ਇਨਕਰੀਜ਼ ਹੋਇਆ 1991 ਦੇ ਵਿੱਚ ਇਹ ਸੀਗਾ ਰੁਪੀਏ 1760 ਕਰੋੜ ਜੋ ਕਿ 2017 ਤੇ 18 ਦੇ ਵਿੱਚ ਇਨਕਰੀਜ਼ ਕਰਕੇ ਹੋ ਗਿਆ 34650 ਕਰੋੜ ਇਨ ਸ਼ਾਰਟ ਆਫਟਰ ਇੰਡੀਪੈਂਡੈਂਸ ਜਿਹੜੀ ਫੂਡ ਗ੍ਰੇਨਸ ਦੀ ਇੰਪੋਰਟ ਸੀ ਉਹ ਡੈਕਲਾਈਨ ਹੋ ਗਈ ਔਨ ਦਾ ਅਦਰ ਹੈਂਡ ਜਿਹੜਾ ਰੋ ਮਟੀਰੀਅਲ ਪੈਟਰੋਲੀਅਮ ਐਂਡ ਕੈਪੀਟਲ ਗੁੱਡ ਸੀ ਉਹਨਾਂ ਕੈਪੀਟਲ ਗੁੱਡ ਸੀ ਉਹਨਾਂ ਦੀ ਜਿਹੜੀ ਇੰਪੋਰਟਸ ਕੰਟੀਨਿਊਸਲੀ ਇਨਕਰੀਜ਼ ਕਰ ਰਿਹਾ